ਜਸੀਨਾ ਉਸਤਾਦ ਜੀ ਦੇਖਾ ਨੇੜੇ ਕਰਕੇ ਬੋਸ ਹੂੰਗਾ ਕੱਟ ਵੀ ਤਾਂ ਚਾੜੀ ਨੇ ਖਲੋਤੇ ਉਸਤਾਦ ਨਹੀਂ ਪਈ ਉਸਤਾਦ ਜੀ ਕੋਈ ਬਸੁਲ ਬਣੀ ਦੇ ਪੈਣਾ ਔਰ ਸੀਮਟ ਦਾ ਕੋਪਰਾ ਦੇਵੇਂ ਬਾਤ ਮੈਂ ਰੇੜ ਕੱਢਾਂ ਕਿਤੇ ਗਿਆ ਰੇੜ ਵਾਲਾ ਮੇਰਾ ਆਲਾ ਯਸੀਨ ਇੱਥੇ ਮਿੱਟੀ ਪਾ ਇੱਥੇ ਮਿੱਟੀ ਪਾ ਟਹਿਲ ਪੱਟ ਸਾਟੋ ਕੇ ਸਾਰੀ ਯਸੀਨ ਔਰ ਸਾਲ ਤਾਂ ਡੇ ਸਾਜੀ ਸਾਲ ਤਾਂ ਕੋਈ ਮੈਂ ਆ ਬਾਜ਼ੂ ਨਾ ਆ ਵਾ ਦੂ ਮਿੰਟ ਸਾਜੀ ਪੱਲੇ ਵੀ ਠੀਕ ਹੈ ਦੇਖ ਇਹਦੀ ਤਾਂ ਠੀਕ ਹੈ ਦੇਖ ਹਾਂ ਉਹ ਜਾਉਚੀ ਹੈ ਫਰੋ ਰਾਤ ਪਟਣਾ ਪੋਸੀ ਚਾਲ ਵਾਰ ਵਾਂ ਤੂੰ ਧੁਰਮਟ ਮਾਰ ਯਸੀਨ ਯਾਸੀਨ ਇੱਟ ਚਾਹ ਦੇ ਵੇਟ ਸੁਰਾਖ ਬੰਦ ਕਰਨਾ ਹੈ ਕਿਆ ਦਾ ਪੇ ਮੈਂ ਇੱਟ ਚਾਹ ਦੇ ਨਹੀਂ ਹੂੰ ਇਹਦੇ ਖਾਨੇ ਇੱਕ ਉਸਤਾਦ ਤਰਕਾ ਕਿਹਦੇ ਗਏ ਯਾਸੀਨ ਨਾ ਨਾ ਅੱਜ ਅੱਠਵਾਂ ਦਿਹਾੜਾ ਹੈ ਇੱਕ ਉਹ ਚੁੱਲ੍ਹਾ ਬਣਾ ਹੈ ਤੇ ਨਾਸ ਕਰ ਦਿੱਤੀ ਹੈ ਇੱਟ ਦੀ ਹਾਂ ਦਾ ਅੰਨਾ ਅੱਠਵਾਂ ਦਿਹਾੜਾ ਤੂੰ ਵੱਧਾ ਹੈ ਹਾਂ ਪਰੇਜ਼ੀ ਖਾਣਾ ਖਾਣਾ ਛੋਟੇ ਦੁੱਧ ਦੀ ਚਾਹ ਪੀਣਾ ਤਰਾਏ ਤੇਰੇ ਮਤਾਮ ਥੀ ਗਏ ਇਹ ਨਹੀਂ ਆ ਸਕਦਾ ਇੱਕ ਦੇਖ ਹਾਂ ਦੇਖ ਹਾਂ ਇੱਕ ਦੇਖ ਹਾਂ ਲਿਮੁਲ ਭੇੜ ਇਹ ਇਹ ਜੇ ਇੱਟ ਦੀ ਨਾ ਕਿਹੜੀਆਂ ਮਾਂਗਾ ਥੀ ਗਈਆਂ ਇੱਟਾਂ ਤੇ ਨਾ ਇਹ ਫਰਜ਼ ਤਾਂ ਕਿ ਕਹਤੇ ਸੁਰਾਖ ਮੈਂ ਆਪਣੇ ਤਾਂ ਨਾ ਵਦਾ ਬੰਦ ਕਰੇਗਾ ਤੂੰ ਆਦੇ ਬੰਦ ਵਦਾ ਕਰੇ ਨਾ ਲੇਕਿਨ ਇਹ ਡੇਲੀ ਡੇਲੀ ਪਈ ਆਈ ਤੇ ਡੇਲੀ ਚ ਭਨੀ ਹੋਈ ਹੈ ਹੇ ਟੇਟ ਹੋਰ ਥੋੜੀ ਜੀ ਜੀਤ ਰਾ ਗਈ ਹਾਂ ਖੁਦਾ ਦਾ ਨਾ ਇਸ ਨੂੰ ਬੰਨੇ ਨਹੀਂ ਕੋ ਮੁਸੀਬਤ ਇੱਕ ਕਬਰਾਂ ਵਾਲਾ ਤੂੰ ਮਿਸਤਰੀ ਮੇਰੇ ਗਾਟੇ ਆ ਗਏ ਹਾਂ ਇੱਕ ਤੂੰ ਆਇਆ 12 ਵਜੇ ਹਾਂ ਮੇਰਾ ਜੋ ਹਾਂ ਬੇਟਾ ਖਾਣਾ ਤੇ ਚਾਹ ਆਖੀ ਹੀ ਘਰ ਅੱਗੇ ਦੂ ਦਫਾ ਪੀ ਚੁੱਕੇ ਦੂ ਦਫਾ ਚਾਹ ਪੀ ਚੁੱਕੇ ਨੀ ਤੇਰੇ ਪਿਉ ਦੀ ਅੱਖੀਆਂ ਨਾ 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 ਦੂ ਦਫਾ ਚਾਹ ਪੀ ਚੁੱਕੇ ਇਹ ਜੋ ਦੂ ਜਹੜਾ ਨਾ ਕੰਮ ਆਈ ਤੇ 8 ਦਿਨ ਲਾ ਦਿੱਤੇ ਨੀ ਮੈਂ ਗਿਆ ਇਸਲਾਮਾਬਾਦ ਹਾਂ ਉੱਥੇ ਮੇਰੇ ਫੋਟੋ ਛਿੱਕੇ ਪਏ ਕਿਹੜੀ ਗੱਲ ਦੇ ਬਿਲਡਿੰਗਾਂ ਮੈਂ ਬਣਾਈਆਂ ਬਿਲਡਿੰਗਾਂ ਤਰਾ ਤਰਾ ਮੰਦਲਾ ਬਿਲਡਿੰਗਾਂ ਮੈਂ ਬਣਾਈਆਂ ਤੇ ਹਾਂ ਮੈਂ ਤੋਬਾ 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 ਸਾਜੀ ਤੁਹਾਡੇ ਵਾਸਤੇ ਅੱਜ ਕੈਸੇ ਪੱਕਾਂ ਜੀ ਕੈਸੇ ਖਾਸ ਵਾ ਕੈਸੇ ਪੱਕਾਂ ਕੈਸੇ ਕੈਸੇ ਆਈ ਪਈ ਨੇ ਤੁਸੀਂ ਦੱਸੋ ਜੀ ਕੈਸੇ ਖਾਸ ਹੋ ਜੀ ਪੁੱਤਰ ਕੋਸ਼ ਹੀ ਨਾ ਖਾਦੀ ਫਿਲਹਾਲ ਹਾਂ ਖਾਂਦਾ ਪੇ ਹਾਂ ਖਾਂਦਾ ਪੇ ਅੱਛਾ ਵਾਤ ਬਿਲਡਿੰਗਾਂ ਕੀ ਭਾਈ ਇਸਲਾਮਾਬਾਦ ਲਾਹੌਰ ਲਗਾ ਗਿਆ ਹਾਂ ਲਾਹੌਰ ਮੈਂ ਠੇਕੇ ਘੇਂਦਾ ਰਾਲਾ ਜੁਗੇ ਚ ਡੂਆਲਾ ਤਾਂ ਤੁਹਾਡਾ ਫਰਸ਼ ਵਦਾ ਬਣਾਣਾ ਤੇ ਤੂੰ ਸਾਨ ਖਲਾ ਚੜੇ ਨੇ ਮੈਂ ਜੇ ਮਿਸਤਰੀ ਲੱਭਦੇ ਹੀ ਨੇ ਤੈ ਪਤਾ ਨਹੀਂ ਤੁਹਾਨੂੰ ਸਿਆਦਾ ਕਿ ਨਹੀਂ ਮੈਂ ਸਿਆਦੀ ਖਲੋ ਆਈ ਕਿ ਜੀ ਇਸ ਦਾ ਫੋਟੋ ਲੂਣ ਵਾਲੇ ਪੈਕਟ ਤੇ ਛਪੀ ਕੇ ਆਂਦਾ ਹੈ ਅੱਛਾ ਥੱਲੇ ਲਿਖਾ ਹੁੰਦਾ ਹੈ ਇਹ ਨਮਕ ਹਰਾਮ ਹੈ ਨਮਕ ਹਰਾਮ ਹੈ ਵੰਜ ਰੋਟੀ ਲੇਟ ਕਰੇ ਅੱਜ ਦੇਰ ਨਾਲ ਆਏ ਹਾਂ ਦਾ ਅੰਨਾ ਉਸਤਾਦ ਜੀ ਹਾਂ ਦਾ ਅੰਨਾ ਟੁੱਕਰ ਦਾ ਖਾਪਾ ਉਹ ਖੁਦਾ ਦਾ ਬੰਦਾ ਇਤਨਾ ਡਾਲਾ ਤਾਂ ਮੈਂ ਜੀ ਨਹੀਂ ਖਾਂ ਜਿਤਨਾ ਤੂੰ ਖਾਣਾ ਹੈ ਹਾਲ ਵੇ ਅੱਲਾ ਦਾ ਬੰਦਾ ਤੂੰ ਜੋ ਨਹੀਂ ਕੰਮ ਕਰ ਸਕਦਾ ਹੁਣ ਇਹ ਇੱਟ ਪਟਣੀ ਹੈ ਉਹ ਇੱਟ ਪਟਣੀ ਹੈ ਅੱਗੂ ਬੱਚੇ ਦੀ ਸ਼ਾਦੀ ਹੈ ਨਾ ਸਿੱਧੀ ਮੈਨੂੰ ਗੱਲ ਸਾ ਹੇ ਮਿਸਤਰੀ ਕਿ ਬਲਾ ਮੇਰੇ ਗੱਲ ਤੇ ਆ ਗਈ ਮੇਰੀ ਗੱਲ ਸੁਣ ਇਹ ਜਿਹੜੇ ਰਾਜ ਮਿਸਤਰੀ ਉਹਨੇ ਨਾ ਮਸਜਿਦਾਂ ਤੇ ਇਹ ਬਿਲਡਿੰਗਾਂ ਬਣੇ ਨੇ ਉਹਨਾਂ ਦਾ ਨਾਂ ਪਹੁੰਚਾਉਂਦੇ ਅੱਜ ਤਾਈਂ ਉਹਨਾਂ ਦਾ ਕਿਤਾਬਾਂ 'ਚ ਨਾਂ ਲਿਖਿਆ ਹੋਏ ਪਤਾ ਨਹੀਂ ਕਿਹੜਾ ਨਾਂ ਕਿੱਥੇ ਲਿਖੀ ਸੀ ਉਹ ਲਿਮੁਲ ਭੇਦ ਮੇਰੇ ਗਾਟੇ ਤੂੰ ਆ ਗਏ ਇਸੇ ਗੱਲੂ ਮੈਂ ਮੁਹੱਲੇ 'ਚ ਕੰਮ ਨਾ ਕਰਦਾ ਤੂੰ ਬਦਨਾਮ ਕਰਦਾ ਮੈਂ ਇਸੇ ਗੱਲੂ ਬਾਹਰਲੇ ਸ਼ਹਿਰਾਂ 'ਚ ਨਿਕਲ ਵੇਣਾ ਇਸੇ ਮਾਰੂ ਤੈਨੂੰ ਮੁਹੱਲੇ 'ਚ ਕੋਈ ਨਹੀਂ ਪੁੱਛਦਾ ਉਹ ਦਾ ਦਾ ਬੰਦਾ ਉਸ ਨਾਲੇ ਮੈਂ ਤੈਨੂੰ ਖੜਾ ਮੈਂ ਕਵਾਂ ਕਬਰ ਬਣਨੀ ਹੈ ਇਹ ਭਾਈ ਫੁੱਫੀ ਵਲੈਤਾਂ ਦੀ ਕਬਰ ਹੈ ਤੂੰ ਗੁਲਾਮ ਮੰਮ ਦੀ ਬਣ ਕੇ ਆਵੜ ਹੈ ਕੋਈ ਤਾਂ ਹੋਸ਼ ਕਰੇ ਕੋਈ ਤਾਂ ਸਾਡਾ ਮਾਮਲਾ ਆਈ ਤੁਹਾਡਾ ਮਾਮਲਾ ਆਈ ਨਾ ਉਹ ਤਾਂ ਫੁੱਫੀ ਦੀ ਕਬਰ ਬਣਨੀ ਆਈ ਅੱਲਾ ਦੇ ਬੰਦੇ ਤੁਸਾਂ ਮਿਸਤਰੀ ਹੋ ਖੁਦਾ ਦੇ ਬੰਦੇ ਅੱਲਾ ਦਾ ਨਾਂ ਹੈ ਇਹ ਔਰ ਆ ਯਸੀਨ ਕੱਟ ਵੀ ਚਾੜਨਾ ਖੁਦਾ ਦਾ ਨਾਂ ਇਹਨੇ ਇਹ ਆਨਾ ਆਨਾ ਇਕੱਠਾ ਕਰਕੇ ਜੀਆਂ ਭੇਣਾਂ ਬਜ਼ੁਰਗ ਗਰੀਬ ਲੋਕ ਇਕੱਠਾ ਕਰੇ ਨੇ ਭਾਈ ਮਿਸਤਰੀ ਲਵਾਂ ਕੋਈ ਘਰ ਸੁਲਝ ਵਣੇ ਜੁੜ ਵਣੇ ਤੁਸਾਂ ਜੋ ਭੇੜੇ ਚੁੱਲ੍ਹੇ ਵਾਸਤੇ ਆਉਂਦੇ ਹੋ ਅਤੇ ਬੰਨੇ ਰਹੀ ਪੱਟ ਸੱਟ ਦਿੰਦੇ ਹੋ ਅੰਦੋਰੀ ਪਾਠ ਹਟਿੰਦੇ ਹੋ ਦੇਖ ਵੇੜਾ ਉੱਚਾ ਥੀ ਗਏ ਫਰੋਸ਼ਾਂ ਨੂੰ ਜਿੱਕਾ ਥੀ ਗਏ ਪਰਨਾਲੇ ਜਿਹੜੇ ਪਾਸੇ ਰੇੜ ਆਈ ਨੂਛੇ ਪਾਸੇ ਪਰਨਾਲੇ ਤਾਂ ਲੋਕਾਂ ਦੇ ਲਾ ਦਿੱਤੇ ਮੇਰੇ ਬਗੈਰ ਝੱਲੇ ਹੀ ਤਾਂ ਕਹਿ ਨਹੀਂ ਆ ਭਾਈ ਇਹ ਖੁਦਾ ਦਾ ਨਾਂ ਹੀ ਤੁਸਾਂ ਅਦਬ ਦੀ ਜਾਓ ਦੇਖ ਨਾ ਤੁਹਾਡੇ ਤੇ ਲੋਕ ਇਤਬਾਰ ਕਰੇਂਦੇ
ਪਰਦਾ ਤੁਹਾਡੇ ਤੋਂ ਲਵੇਂਦਾ ਰੋਟੀਆਂ ਪਾਣੀ ਤੁਹਾਨੂੰ ਸਰੀਰ ਬਹਿਣਾ ਖਲਵੇਨੀਆਂ ਇਹ ਤੁਸਾਂ ਹੀ ਕੁਹਈਆ ਕੀਤਾ ਕਰੋ ਤ੍ਰਿਖੇ ਨਿਕਲ ਗਏ ਕਰੋ ਤ੍ਰਿਖੇ ਨਿਕਲ ਗਏ ਕਰੋ ਉਹ ਕਹਿੰਦਾ ਪਰਦੇ ਇੱਥੇ ਖਲਾਉਂਦੇ ਪੈਸੇ ਹੀ ਲੱਗਦੇ ਪਏ ਉਹਨੇ ਖੁਦਾ ਦਾ ਨਾਂ ਹੈ ਪਿਛਲੇ ਆਪਣੇ ਬਜ਼ੁਰਗਾਂ ਨੂੰ ਦੇਖੋ ਮਿਸਰੀਆਂ ਨੂੰ ਕਿਹੜੇ ਸੂਫੀ ਆਉਂਦੇ ਹਨ ਨਮਾਜ਼ੀ ਆਉਂਦੇ ਹਨ ਚਿੱਟਾ ਪਟਕਾ ਹੁੰਦਾ ਹੈ ਹੇਡੇ ਦੇ ਵਾਰ ਰੱਖ ਕੇ ਇੱਥੇ ਨਾੜੇ ਲੜਕਾ ਕੇ ਅਸੀਂ ਨਾ ਆਉਣਾ ਓਏ ਉੱਠੀ ਜਨਾ ਉੱਠੀ ਉੱਠੀ ਜਨਾ ਉੱਠੀ ਉੱਠੀ ਨਾ ਲੱਗਦੇ ਪੈਖੋ ਨਾ ਦੇ ਆਖਰ ਤੇ ਬਨੇਰੇ ਤੇ ਰੱਖੀ ਬਨੇਰੇ ਤੇ ਨਹੀਂ ਟੁਰਨਾ ਟੁਰਨਾ ਪੈਸੇ ਤੇਰੇ ਘਰ ਪਹੁੰਚੇ ਸਨ ਪੈਸੇ ਤੇਰੇ ਘਰ ਪਹੁੰਚੇ ਸਨ ਮੈਂ ਤੇਰੇ ਵਿੱਚ ਕੱਟ ਵੀ ਲੜੇ ਨਾ ਮੈਂ ਤੇਰੇ ਘਰ ਪੈਸੇ ਪਹੁੰਚੇ ਸਨ ਚੰਗਾ ਇਹ ਇਹ ਆਇਓ ਜੀ ਮਾ